ਪੰਜਾਬ ਵਿੱਚ ਰਾਜ ਕਰਨ ਵਾਲੀ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ ਪੀਆਰਟੀਸੀ ਦੀਆਂ ਬੱਸਾਂ ਤੋਂ ਵੱਖ ਵੱਖ 8 ਵਿਭਾਗਾਂ ਨੂੰ ਮੁਫ਼ਤ ਸਹੂਲਤਾਂ ਤਾਂ ਦਵਾਈਆਂ ਪਰ ਬਣਦੇ ਪੈਸੇ ਨਹੀਂ ਦਿੱਤੇ। ਇਸ ਕਾਰਨ ਅੱਜ ਲੰਘੇ ਪੂਰੇ 1 ਸਾਲ ਦਾ 98 ਕਰੋੜ ਰੁਪਇਆ ਪੰਜਾਬ ਸਰਕਾਰ ਵੱਲ ਬਕਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਦਾ 4.5 ਕਰੋੜ ਰੁਪਇਆ ਬਕਾਇਆ ਵੀ ਸਰਕਾਰ ਵੱਲ ਜਿਉਂ ਦਾ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਨੂੰ ਬੇਹੱਦ ਤੰਗੀ ਦੇ ਦੌਰ ਵਿੱਚ ਗੁਜ਼ਰਨਾ ਪੈ ਰਿਹਾ। ਪੰਜਾਬ ਸਰਕਾਰ ਵੱਲੋਂ ਜੇਕਰ ਇਹ ਰਕਮ ਮਿਲ ਜਾਵੇ ਤਾਂ ਪੀਆਰਟੀਸੀ ਦੇ ਕਰਜ਼ੇ ਉਤਰ ਸਕਦੇ ਨੇ। ਮੈਨੇਜਿੰਗ ਡਾਇਰੈਕਟਰ ਤੇ ਸੀਨੀਅਰ ਆਈਏਐਸ ਮਨਜੀਤ ਸਿੰਘ ਨਾਰੰਗ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੂੰ ਇਹ 100 ਕਰੋੜ ਸੰਬੰਧੀ ਆਪਣਾ ਬੇਨਤੀ ਪੱਤਰ ਭੇਜਿਆ। ਪਿਛਲੀ ਸਰਕਾਰ ਦਾ ਵਾਈਟ ਪੇਪਰ ਵੀ ਭੇਜਿਆ। ਜਿਹੜਾ ਕਿ ਘੱਟੋ ਘੱਟ 6 ਕਰੋੜ ਰੁਪਇਆ ਮਹੀਨੇ ਦਾ ਬਣ ਜਾਂਦਾ ਹੈ ਅਤੇ 12 ਮਤਲਬ 15 ਮਹੀਨੇ ਹੋ ਗਏ ਸਾਡੇ ਕੋਲ ਪੈਸਾ ਨਹੀਂ ਆ ਰਿਹਾ। ਇਸ ਵੇਲੇ ਜਿਹੜਾ ਪੈਸਾ ਇਕੱਠਾ ਹੋ ਚੁੱਕਾ 98 ਕਰੋੜ ਦੇ ਲਗਭਗ ਹੋ ਚੁੱਕਾ ਹੈ, ਜਿਹੜਾ ਕਿ ਗਵਰਨਮੈਂਟ ਕੋਲ ਸਾਨੂੰ ਭੇਜਿਆ ਜਾਂਦਾ। ਅਜੇ 4.5 ਕਰੋੜ ਰੁਪਇਆ ਸਾਡੇ ਕੋਲ ਅਜੇ ਬਕਾਇਆ। ਪੁਰਾਣੀਆਂ ਜਿਹੜੀਆਂ ਬੱਸਾਂ ਯਾਤਰਾਵਾਂ 'ਤੇ ਗਈਆਂ ਸੀ ਉਹ 4.5 ਕਰੋੜ ਰੁਪਇਆ ਸਾਡੇ ਕੋਲ ਅਜੇ ਆਉਣਾ ਪੈਂਡਿੰਗ ਹੈ ਸਰਕਾਰ ਕੋਲੋਂ, ਉਹ ਵੀ ਅਸੀਂ ਇੰਤਜ਼ਾਰ 'ਚ ਰੱਖੇ ਬੈਠੇ।